ਦੇ ਲੜ ਭਾਰਤ ਦਾ ਇਲੈਕਸ਼ਨ ਲੜਨ ਦਾ ਔਰ ਆਪਦਾ ਵੈਲਫੇਅਰ ਸਟੂਡੈਂਟ ਸਰਕਲ ਲਈ ਕੰਮ ਕਰਨ ਦਾ। ਲੇਕਿਨ ਅੱਜ ਇਹਨਾਂ ਦੀ NSUI ਕਾਂਗਰਸ ਦੀ ਬਣਾਈ ਹੋਈ, ਇਹ ਸੋਚਕਾਲੇ ਦੀ ਬਣਾਈ ਹੋਈ, ਇੱਕ ਤੀਜੀ ਸੋਈ ਇਹਨਾਂ ਦੀ ਅਕਾਲੀ ਦਲ ਦੀ ਬਣਾਈ ਹੋਈ, ਇਹਨਾਂ ਤਿੰਨਾਂ ਪਾਰਟੀਆਂ ਨੇ ਸਾਡੀ ਯੂਨੀਵਰਸਿਟੀ ਨੂੰ ਰਾਜਨੀਤਿਕ ਅਖਾੜਾ ਬਣਾ ਕੇ ਛੱਡਤਾ ਹੈ। ਹੁਣ ਅਸੀਂ ਦੇਖਦੇ ਹਾਂ ਜਦੋਂ ਸਾਡਾ ਸਟੂਡੈਂਟ ਇਲੈਕਸ਼ਨ ਆਉਂਦਾ ਹੈ ਉਦੋਂ ਇਹ ਲੀਡਰ ਆਪਦੀ ਸਾਡੀ ਯੂਨੀਵਰਸਿਟੀ ਨੂੰ ਆਪਦੀ ਲੀਡਰਾਂ ਦੀ ਛਾਪਣੀ ਬਣਾ ਕੇ ਰੱਖ ਦਿੰਦੇ ਆ, ਆਪਦੇ MLA ਨੂੰ, ਆਪਦੇ MP ਨੂੰ, ਆਪਦੇ ਸਰਪੰਚਾਂ ਨੂੰ ਇੱਥੇ ਟੈਂਟ ਲਾ ਕੇ ਪਾ ਦਿੰਦੇ ਆ ਸਾਡੇ ਵਿੱਚ, ਸਾਡੇ ਸਿਰ ਤੇ ਬਹਿ ਕੇ ਰਾਜ ਕਰਨ ਨੂੰ। ਇਹ ਹੋਰ ਕੀ ਕਰਦੇ ਆ ਚੁਣਾਵ ਦੇ ਵੇਲੇ ਕੀ ਲਾਲਚ ਦਿੰਦੇ ਆ ਇਹ ਪਾਰਟੀਆਂ, ਵੱਡੇ ਵੱਡੇ ਲੀਡਰ 50-50 ਸੱਠ-ਸੱਠ ਆਏ ਚੱਲੋ ਬਈ ਤੈਨੂੰ ਅਸੀਂ ਪ੍ਰਧਾਨ ਖੜਾ ਕਰਿਆ ਆਪਦੀ ਪਾਰਟੀ ਤੋਂ, ਤੂੰ ਨਸ਼ੇ ਵੰਡ, ਫਿਲਮਾਂ ਦੀ ਟਿਕਟਾਂ ਵੰਡ, ਕੁਛ ਮਰਜ਼ੀ ਜੋੜ ਤੋੜ ਕਰ, ਲੇਕਿਨ ਕਰਕੇ ਸਾਡਾ ਦੇਸ਼ ਬੜਾ ਇਹ ਹਾਲਾਤ ਆ ਜਾਣ ਨਾਲ ਲੋਕਾਂ ਦੇ। ਪੰਜਾਬ ਯੂਨੀਵਰਸਿਟੀ ਦਾ ਕਰਦਾ ਹੈ ਭੱਠਾ ਵਾਦਾ ਹੈ, ਸਾਡੀ ਸਟੂਡੈਂਟ ਦੀ ਪੋਲਿਟਿਕਸ ਕਿੱਥੋਂ ਚੱਲਣੀ ਚਾਹੀਦੀ ਆ, ਸਾਡੀ ਸਟੂਡੈਂਟ ਦੀ ਪੋਲਿਟਿਕਸ ਯੂਨੀਵਰਸਿਟੀ ਚੱਲਦੀ ਹੈ।